ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਮੀਡੀਅਮ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਅੱਜ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ PEET SSSP ਦੇ ਵਿੱਚ 9 ਜਣਿਆਂ ਦਾ ਰਿਜ਼ਲਟ ਪਾਇਆ ਗਿਆ ਉਹਨਾਂ ਦੀ ਸਾਈਟ ਦੇ ਉੱਪਰ, ਉਸ ਦੇ ਬਾਰੇ ਦੇ ਵਿੱਚ। ਅਤੇ ਦੋਸਤੋ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ PEET SSSP ਕਲਰਕ ਦੀ ਕਾਉਂਸਲਿੰਗ ਡੇਟ ਕਦੋਂ ਤੱਕ ਆ ਜਾਵੇਗੀ। ਅਤੇ ਦੋਸਤੋ, ਸਭ ਤੋਂ ਪਹਿਲਾਂ ਆਪਾਂ ਜਿਹੜਾ 9 ਜਣਿਆਂ ਦਾ ਰਿਜ਼ਲਟ ਆਇਆ ਉਸ ਦੇ ਬਾਰੇ ਗੱਲ ਕਰਦੇ ਹਾਂ। ਦੋਸਤੋ, ਇਹ ਜਿਹੜੀ ਮੈਂ ਲਿਸਟ ਖੋਲੀ ਹੋਈ ਹੈ, ਇਹ PEET SSSP ਕਲਰਕ 04/2016 ਦੀ ਜਿਹੜੀ ਰਿਟਨ ਟੈਸਟ ਹੋਇਆ ਸੀਗਾ ਉਸ ਦੀ ਲਾਸਟ ਪੇਜ ਦੀ ਫੋਟੋ ਹੈ। ਦੋਸਤੋ, ਇਸ ਦੇ ਵਿੱਚ ਉਹਨਾਂ ਨੇ ਨੋਟ ਦੇ ਵਿੱਚ ਕਿਹਾ, ਜਿਹੜਾ ਕਿ ਆੜਾ ਨੋਟ ਦੇ ਵਿੱਚ ਕਿਹਾ ਗਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ 95/68/2018 ਅਭਿਸ਼ੇਕ ਗਰਗ ਅਤੇ ਹੋਰ ਬਨਾਮ ਪੰਜਾਬ। ਦੋਸਤੋ, ਇਹ ਜਿਹੜੀ ਰਿਟ ਦੀ ਗੱਲ ਕੀਤੀ ਗਈ ਹੈ ਇਸ ਰਿਜ਼ਲਟ ਦੇ ਵਿੱਚ, ਜਿਹੜਾ ਕਿ ਰਿਟਨ ਐਗਜ਼ਾਮ ਦਾ ਰਿਜ਼ਲਟ ਹੈ, ਜਿਹੜਾ ਕਿ 6 ਤਰੀਕ 5ਵਾਂ ਮਹੀਨਾ 2018 ਨੂੰ ਹੋਇਆ ਸੀਗਾ। ਦੋਸਤੋ, ਇਸ ਦੇ ਵਿੱਚ ਕਿਹਾ, ਸਾਫ਼ ਸਾਫ਼ ਲਿਖਿਆ ਕਿ ਇਸ ਦਾ ਜਿਹੜਾ ਜਿਹੜੀ ਰਿਟ ਪਟੀਸ਼ਨ ਹੈ ਉਸ ਦਾ ਰਿਜ਼ਲਟ ਇਹਨਾਂ ਨੇ ਸੀਲਡ ਕਵਰ ਦੇ ਵਿੱਚ ਰੱਖਿਆ। ਦੋਸਤੋ, ਇਸ ਤੋਂ ਭਾਵ ਕਿ ਜਿਹੜਾ ਇਹ ਰਿਜ਼ਲਟ ਹੈ, ਇਸ ਰਿਜ਼ਲਟ ਤੋਂ ਅਲੱਗ ਉਹਨਾਂ ਨੇ ਕਿਸੇ ਹੋਰ ਸੀਲਡ ਕਵਰ ਦੇ ਵਿੱਚ ਰੱਖ ਕੇ ਇਹ ਉਹਨਾਂ ਦਾ ਪੇਪਰ ਜਿਹੜਾ ਲਿਆ ਗਿਆ ਸੀ ਉਹਨਾਂ ਦਾ ਰਿਜ਼ਲਟ ਰੱਖਿਆ ਸੀ। ਅਤੇ ਦੋਸਤੋ, ਇਸੇ ਤਰ੍ਹਾਂ ਮੈਂ ਤੁਹਾਨੂੰ ਦਿਖਾਵਾਂਗਾ ਜਿਹੜੀ ਟਾਈਪਿੰਗ ਦਾ ਰਿਜ਼ਲਟ ਆਇਆ ਸੀਗਾ ਉਸ ਦੇ ਵਿੱਚ। ਦੋਸਤੋ, ਇਸ ਦੇ ਵਿੱਚ ਵੀ ਇਹਨਾਂ ਨੇ ਲਿਖਿਆ ਕਿ ਪੰਜਾਬ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਿਵਲ ਰਿਟ ਪਟੀਸ਼ਨ 95/68/2018 ਅਭਿਸ਼ੇਕ ਗਰਗ ਅਤੇ ਹੋਰ ਬਨਾਮ ਪੰਜਾਬ। ਦੋਸਤੋ, ਇਹ ਉਹੀ ਰਿਟ ਦੀ ਗੱਲ ਕੀਤੀ ਗਈ ਹੈ ਜਿਹੜੀ ਪਹਿਲਾਂ ਰਿਟਨ ਟੈਸਟ ਦੇ ਵਿੱਚ ਕੀਤੀ ਗਈ ਸੀ ਕਿ ਜਿਹੜੇ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਸੀਲਡ ਕਵਰ ਦੇ ਵਿੱਚ ਰੱਖਿਆ ਗਿਆ। ਅਤੇ ਦੋਸਤੋ, ਜਿਹੜਾ ਇਹ ਰਿਟ ਪਟੀਸ਼ਨ ਪਾਈ ਹੋਈ ਸੀ ਇਸ ਦਾ ਰਿਜ਼ਲਟ ਹੁਣ ਉਹਨਾਂ ਨੇ ਆਪਣੇ ਮਤਲਬ ਜਿਹੜੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੈ ਉਹਨਾਂ ਨੇ 26/10/2018 ਨੂੰ ਇਸਦਾ ਜਿਹੜੀ ਜੱਜਮੈਂਟ ਆ ਉਹ ਸੁਣਾ ਦਿੱਤੀ ਹੈ। ਦੋਸਤੋ, ਅਤੇ ਇਸ ਕਰਕੇ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਹੁਣ ਉਹਨਾਂ ਨੇ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਜਾਰੀ ਕਰ ਦਿੱਤਾ। ਦੋਸਤੋ, ਇਸ ਦੇ ਮੁਤਾਬਿਕ ਜਿਹੜੇ 9 ਕੈਂਡੀਡੇਟਸ ਹਨ ਉਹਨਾਂ ਦਾ ਰਿਟਨ ਪਲੱਸ ਟਾਈਪਿੰਗ ਟੈਸਟ ਦੋਵੇਂ ਕਲੀਅਰ ਹਨ। ਦੋਸਤੋ, ਇਹ ਜਿਹੜੀ 1883 ਪੋਸਟਾਂ ਹਨ ਉਹਨਾਂ ਦੇ ਵਿੱਚੋਂ ਹੀ ਇਹਨਾਂ ਨੂੰ ਪੋਸਟ ਦਿੱਤੀ ਜਾਵੇਗੀ, ਮਤਲਬ ਆਪਣੇ ਨਾਲ ਹੀ ਇਹ ਕਾਉਂਸਲਿੰਗ ਹੋਵੇਗੀ ਜਿਹੜੇ ਜਿੱਥੇ ਆਮ ਕੈਂਡੀਡੇਟਸ ਹੋਰ ਕੈਂਡੀਡੇਟਸ ਜਿਨ੍ਹਾਂ ਦਾ ਰਿਜ਼ਲਟ ਆਇਆ ਉਹਨਾਂ ਦੇ ਨਾਲ ਹੀ ਇਹਨਾਂ ਦੀ ਜਿਹੜੀ ਕਾਉਂਸਲਿੰਗ ਹੈ ਉਹ ਹੋਵੇਗੀ। ਦੋਸਤੋ, ਇਹ 9 ਦੇ 9 ਜਣਿਆਂ ਦੇ ਵਿੱਚੋਂ ਸਿਰਫ ਜਿਹੜਾ ਲਾਸਟ ਕੈਂਡੀਡੇਟ ਹੈ ਸ਼ਰੂਤੀ ਵਟਸ, ਸਿਰਫ ਇਹ ਕੈਂਡੀਡੇਟ ਐਲੀਜੀਬਲ ਨਹੀਂ ਹੈਗਾ, ਮਤਲਬ ਕਿ ਇਸ ਦੀ ਕੱਟ ਆਫ ਦੇ ਅਨੁਸਾਰ ਇਹ ਕੈਂਡੀਡੇਟ ਪਾਸ ਨਹੀਂ ਹੈਗਾ। ਇਸ ਦੇ 48.75 ਨੰਬਰ ਨੇ, ਇਸ ਕਰਕੇ ਇਸ ਕੈਂਡੀਡੇਟ ਤੋਂ ਬਿਨਾਂ ਜਿਹੜੇ ਬਾਕੀ ਹੋਰ ਸਾਰੇ ਕੈਂਡੀਡੇਟਸ ਨੇਗੇ ਉਹ ਆਪਣੀ ਆਪਣੀ ਕੈਟੇਗਰੀਜ਼ ਦੇ ਵਿੱਚ ਪਾਸ ਹੋ ਰਹੇ ਹਨ। ਦੋਸਤੋ, ਅਤੇ ਇਸ ਦੇ ਵਿੱਚ ਵੀ ਉਹਨਾਂ ਨੇ ਨੀਚੇ ਲਿਖਿਆ ਕਿ ਇਹਨਾਂ ਦੀ ਕਾਉਂਸਲਿੰਗ ਹੈ ਜਿਹੜੀ ਉਹ ਦੂਸਰੇ ਕੈਂਡੀਡੇਟਸ ਦੇ ਨਾਲ ਹੀ ਲਈ ਜਾਵੇਗੀ। ਅਤੇ ਇਹਨਾਂ ਦੀ ਰੈਂਕ ਵੀ ਦੋਸਤੋ ਇਹਨਾਂ ਨੇ ਜਿਵੇਂ ਕਿ 2165A 3137A ਇਸ ਤਰ੍ਹਾਂ ਇਹਨਾਂ ਨੇ ਆਪਣੀ ਰੈਂਕ ਦਿੱਤੀ ਹੈ। ਦੋਸਤੋ, ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਇਹਨਾਂ ਦੀ ਕਾਉਂਸਲਿੰਗ ਸ਼ਡਿਊਲ ਹੈ 4/2016 ਦਾ ਉਹ ਕਦੋਂ ਤੱਕ ਹੋ ਜਾਵੇਗਾ। ਦੋਸਤੋ, ਸਭ ਤੋਂ ਪਹਿਲਾਂ ਜਿਹੜੀ 12/12/2018 ਨੂੰ ਕੁਝ ਕੈਂਡੀਡੇਟਸ SSSP ਬੋਰਡ ਗਏ ਸਨ ਜਿਹੜਾ ਕਿ ਮੋਹਾਲੀ ਸਥਿਤ ਹੈ। ਦੋਸਤੋ, ਉੱਥੇ ਜਾ ਕੇ ਉਹਨਾਂ ਨੇ ਜਿਹੜੀ ਕੁਝ ਕੈਂਡੀਡੇਟਸ ਉਹਨਾਂ ਦੀ ਮੀਟਿੰਗ ਦੇ ਵਿੱਚ ਵੀ ਸ਼ਾਮਿਲ ਹੋਏ ਸਨ। ਚੇਅਰਮੈਨ ਨੇ ਜੋ ਮੀਟਿੰਗ ਕੀਤੀ ਸੀ ਆਪਣੇ ਕਲਰਕਸ ਦੇ ਨਾਲ ਜਾਂ ਆਪਣੇ ਸਟਾਫ ਦੇ ਨਾਲ, ਉਸ ਦੇ ਵਿੱਚ ਕੁਝ ਕੈਂਡੀਡੇਟਸ ਆਪਣੇ 4/2016 ਦੇ ਜਿਨ੍ਹਾਂ ਨੇ ਟੈਸਟ ਦਿੱਤਾ ਐਲੀਜੀਬਲ ਨੇ ਕਲੀਅਰ ਕੀਤਾ ਹੋਇਆ ਉਹ ਕੈਂਡੀਡੇਟਸ ਵੀ ਉਸ ਮੀਟਿੰਗ ਦੇ ਵਿੱਚ ਗਏ ਸਨ। ਅਤੇ ਦੋਸਤੋ, ਉਸ ਮੀਟਿੰਗ ਦੇ ਵਿੱਚ ਇਹ ਗੱਲ ਹੋਈ ਹੈ ਕਿ ਜਿਹੜੀ ਇਸ ਦੀ ਕਾਉਂਸਲਿੰਗ ਡੇਟ ਹੈ ਉਹ ਲਗਭਗ 22-23 ਤੱਕ ਪਾ ਦਿੱਤੀ ਜਾਵੇਗੀ। ਦੋਸਤੋ, 22 ਜਾਂ 23 ਨਵੰਬਰ ਤੱਕ।
ਤੇ ਦੋਸਤੋ ਇੱਕ ਤਾਂ ਅੜਿੱਕਾ ਇਹ ਸੀਗਾ ਜਿਹੜਾ ਤੁਹਾਨੂੰ ਦੱਸੀ ਦਿੱਤਾ ਕਿ ਜਿਹੜਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਜੱਜਮੈਂਟ ਉਹਨਾਂ ਨੇ ਆਪਣੀ ਸੀਟ ਕਵਰ ਦੇ ਵਿੱਚ ਰੱਖੀ ਹੋਈ ਸੀ, ਮਤਲਬ ਉਹਨਾਂ ਨੇ ਇਹ ਹਜੇ ਦਰਸਾਈ ਨਹੀਂ ਸੀਗੀ। ਇਹ ਸਭ ਤੋਂ ਵੱਡਾ ਅੜਿੱਕਾ ਸੀਗਾ ਤੇ ਇਸ ਦੇ ਨਾਲ ਹੀ ਜਿਹੜੇ ਉਹਨਾਂ ਦੇ ਚੇਅਰਮੈਨ ਨੇ ਉਹ ਵੀ ਇੱਕ ਦੋ ਵਾਰ ਬਦਲ ਚੁੱਕੇ ਹਨ। ਹੁਣ ਨਵੇਂ ਜਿਹੜੇ ਚੇਅਰਮੈਨ ਆਏ ਹਨ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਜਿਹੜੇ ਇਸ ਦੀ ਕਾਉਂਸਲਿੰਗ ਡੇਟ ਹੈ ਉਹ 22 ਜਾਂ 23 ਨਵੰਬਰ ਤੱਕ ਵੈਬਸਾਈਟ ਉੱਪਰ ਪਾ ਦਿੱਤੀ ਜਾਵੇਗੀ। ਦੋਸਤੋ ਇਸ ਕਰਕੇ ਤੁਹਾਨੂੰ ਕੋਈ ਘਬਰਾਉਣ ਵਾਲੀ ਗੱਲ ਨਹੀਂ ਕਿ ਇਹ ਇਸ ਦੀ ਕਾਉਂਸਲਿੰਗ ਡੇਟ ਕਦੋਂ ਆਵੇਗੀ। ਇੱਕ ਹੋਰ ਗੱਲ ਦੋਸਤੋ, ਜਿਹੜੀ ਆਪਣੀਆਂ ਇਲੈਕਸ਼ਨਸ ਹੋ ਰਹੀਆਂ ਹਨ, ਪੰਚਾਇਤ ਇਲੈਕਸ਼ਨਸ ਪੰਜਾਬ ਦੇ ਵਿੱਚ, ਉਹਨਾਂ ਦੇ ਕੋਡ ਆਫ ਕੰਡਕਟ ਦੇ ਨਾਲ ਇਸ ਕਾਉਂਸਲਿੰਗ ਸ਼ਡਿਊਲ ਦੇ ਉੱਪਰ ਕੋਈ ਫਰਕ ਨਹੀਂ ਪਵੇਗਾ ਦੋਸਤੋ, ਕਿਉਂਕਿ ਜਿਹੜਾ ਕਿ ਕੋਡ ਆਫ ਕੰਡਕਟ ਹੈ ਇਸ ਦੇ ਦੌਰਾਨ ਨਾ ਹੀ ਕੋਈ ਨਵੀਂ ਭਰਤੀ ਕੱਢੀ ਜਾ ਸਕਦੀ ਹੈ ਤੇ ਜਿਹੜੀ ਚੱਲ ਰਹੀ ਭਰਤੀ ਹੈ ਨਾ ਹੀ ਉਸ ਨੂੰ ਨੇਪਰੇ ਚੜਿਆ ਜਾ ਸਕਦਾ। ਪਰ ਦੋਸਤੋ ਇਸ ਦੇ ਵਿੱਚ ਕਾਉਂਸਲਿੰਗ ਹੈ ਜਿਹੜੀ ਉਹ ਹੋ ਸਕਦੀ ਹੈ ਦੋਸਤੋ, ਇਸ ਕਰਕੇ ਤੁਹਾਨੂੰ ਕੋਡ ਆਫ ਕੰਡਕਟ ਲੱਗਣ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਦੋਸਤੋ। ਤੇ ਦੋਸਤੋ ਮੈਂ ਆਸ ਕਰਦਾ ਕਿ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੋਵੇਗੀ ਤੇ ਜੇਕਰ ਤੁਹਾਨੂੰ ਕੋਈ ਕੁਐਸਚਨ ਤੁਹਾਡਾ ਇਸ 4 ਆਫ 2016 ਦੇ ਰਿਲੇਟਡ ਕੋਈ ਪੁੱਛਣਾ ਹੈ ਤਾਂ ਆਪਾਂ ਨੂੰ ਕਮੈਂਟ ਕਰ ਸਕਦੇ ਹੋ ਇਸ ਵੀਡੀਓ ਦੇ ਨੀਚੇ ਦੋਸਤੋ। ਤੇ ਆਪਣੀ ਵੀਡੀਓ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਆਪਣਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਦੋਸਤੋ। ਸੋ ਸਤਿ ਸ਼੍ਰੀ ਅਕਾਲ ਦੋਸਤੋ।